Maya Satnam Singh. I want to say congrats to Simran and Pritika and team for TDS Chandigarh. I'm very happy for North India have hosted such a world-class event. The theme of TDS Chandigarh matches with my life. मेरा भी एक सपना सी कि मैं एक NBA प्लेयर बना ते ओ मेरा सपना जरूर पूरा होया ते मेरा सपना जो कि एक पेंड तो मैं लेके पहला लुधियाने गया लुधियाने में 5 साल खेलिया उथे मैं प्रैक्टिस कीती फिर उस तो बाद जो है मैं अमेरिका आया 2010 दे विच मैं अमेरिका गया उथे मैं चंगी प्रैक्टिस कीती ते उथे मैनूं काफी स्ट्रगल करना पिया मेरी इंग्लिश मैनूं बिल्कुल नहीं आउंदी सीगी ते मैं अंडरस्टैंडिंग भी नहीं कर सकदा सीगा ਤੇ ਉਹਦੇ ਕਰਕੇ ਫਿਰ ਮੈਨੂੰ ਪਹਿਲਾਂ ਤਾਂ ਇੰਗਲਿਸ਼ ਸਿੱਖਣੀ ਪਈ ਕਲਾਸਾਂ ਲੈਣੀਆਂ ਪਈਆਂ ਤੇ ਜਿਵੇਂ ਜਿਵੇਂ ਮੇਰੀ ਇੰਗਲਿਸ਼ ਬੈਟਰ ਹੋ ਗਈ ਤੇ ਮੇਰੀ ਬਾਸਕਟਬਾਲ ਦਾ ਵੀ ਉਵੇਂ ਲੈਵਲ ਅੱਗੇ ਵਧੀ ਗਿਆ ਤੇ ਇਸ ਕਰਕੇ ਮੈਨੂੰ ਫਿਰ ਉਸ ਤੋਂ ਬਾਅਦ 4 ਸਾਲ ਜਦੋਂ ਮੈਨੂੰ ਅਮਰੀਕਾ 'ਚ ਹੋ ਗਏ 2 ਸਾਲਾਂ ਜਾਂ 3 ਸਾਲਾਂ ਮੇਰੀ ਇੰਗਲਿਸ਼ ਬੈਟਰ ਹੋ ਗਈ ਤੇ ਮੇਰੇ ਕੋਚ ਕਹਿੰਦੇ ਵੀ ਸਾਥ ਨਾਲ ਨੂੰ 4 ਜਾਂ 5 ਸਾਲ ਹੋ ਗਿਆ ਤੇਰੀ ਇੰਗਲਿਸ਼ ਕਾਫੀ ਇੰਪਰੂਵ ਹੋ ਗਈ ਹੈ ਅੰਡਰਸਟੈਂਡਿੰਗ ਬਹੁਤ ਕਰਨ ਲੱਗ ਪਿਆ ਤੇ ਹਾਂ ਆਪਾਂ ਚਾਹੁੰਦੇ ਵੀ ਇਹਨੂੰ ਇੱਕ ਵਾਰੀ ਆਪਾਂ ਵੀ ਕਾਲਜ ਦਾ ਇਹਦੇ ਲਈ ਹਾਰਾ ਪਾਟਾ ਪਹੁੰਚਾਉਣੇ ਮੈਨੂੰ NBA 'ਚ ਪਾਈਏ ਤੇ ਫਿਰ ਉਸ ਤੋਂ ਮੇਰੇ ਕੋਚਾਂ ਨੇ ਮੇਰੀ ਹੈਲਪ ਕੀਤੀ ਤੇ ਉਹਨਾਂ ਨੇ ਫਿਰ NBA ਦੀਆਂ ਜਿਹੜੀਆਂ ਟੀਮਾਂ ਨੇ ਤੇ ਉਹਨਾਂ ਨੇ ਜਿਹੜੇ ਮੇਰਾ ਏਜੰਟ ਆ ਉਹਨੇ ਗੱਲ ਕੀਤੀ ਤੇ ਉਹ NBA ਦੀਆਂ ਟੀਮਾਂ ਨੇ ਹਾਂ ਕੀਤੀ ਤੇ ਕਹਿੰਦੇ ਠੀਕ ਹੈ ਕਹਿੰਦੇ ਅਸੀਂ ਇਹਨੂੰ ਵਰਕਆਊਟ 'ਤੇ ਬੁਲਾਵਾਂਗੇ ਅਸੀਂ ਦੇਖਾਂਗੇ ਜੇ ਵਧੀਆ ਲੱਗਦਾ ਅਸੀਂ ਜ਼ਰੂਰ ਪਿੱਕ ਕਰਾਂਗੇ ਤੇ ਮੈਨੂੰ 5 ਟੀਮਾਂ ਨੇ ਪਿੱਕ ਕੀਤਾ ਤੇ 5 ਟੀਮਾਂ ਦੇ ਵਿੱਚ ਮੈਨੂੰ ਫਿਰ ਡੈਲਸ ਮੈਵਰਿਕਸ ਦੀ ਟੀਮ ਹੈ ਤੇ ਉਹਨੇ ਮੈਨੂੰ ਪਿੱਕ ਕਰ ਲਿਆ ਸੀਗਾ I was in Chandigarh to attend this event, but I have my matches of NBA. But my best wish to TDS Chandigarh team from America.